ਮਿੱਤਰਾਂ ਪਿਆਰਿਆਂ ਨੂੰ ਚੰਨ ਤੇ ਸਿਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਜ਼ਾਇਨੂ ਜਲਵੇ ਜੱਗੀ ਦੇ ਵਿੱਚ। ਇਸ ਤੋਂ ਪਹਿਲਾਂ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੇ ਅੱਜ ਦਾ ਮੁੱਦਾ ਦੇਖਿਆ, ਮੈਂ ਪਹਿਲੀ ਵਾਰ ਕੀਤਾ ਸੀਗਾ, ਮੈਂ ਫਿਰ ਮਾਫ਼ੀ ਮੰਗਦਾ, ਮੈਂ ਪਹਿਲਾਂ ਮਾਫ਼ੀ ਮੰਗ ਲਈ ਸੀ ਕਿ 1900 ਮੈਨੂੰ ਹੈ ਨਹੀਂ ਜਿੰਨੀ ਇਹ ਉਸ ਪ੍ਰੋਗਰਾਮ ਦੇ ਵਿੱਚ ਚਾਹੀਦੀ ਹੈ। ਚਲੋ ਆਪਾਂ ਸ਼ੁਗਲ ਮੇਲੇ ਵਾਲੀਆਂ ਗੱਲਾਂ ਕਰ ਲਈਆਂ ਮਾੜੀਆਂ ਮੋਟੀਆਂ, ਅਤੇ ਬਾਕੀ ਗੱਲਬਾਤ ਜਿਹੜੀ ਹੈ, ਅੱਜ ਸੋਮਵਾਰ ਦਾ ਦਿਨ ਹੈ ਅਤੇ ਖੁੱਲ੍ਹਾ ਵਿਸ਼ਾ ਹੁੰਦਾ, ਔਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੋਈ ਵੀ ਗੱਲ ਕਰ ਸਕਦੇ ਹੁੰਦੇ ਹਾਂ। ਤੁਸੀਂ ਜਿਹੜੇ ਪਹਿਲਾਂ ਵਿਸ਼ਾ ਸੀਗਾ ਇਸ ਤੋਂ ਪਹਿਲਾਂ ਮੇਰਾ, ਉਹਦੇ 'ਤੇ ਵੀ ਗੱਲ ਕਰ ਸਕਦੇ ਹੋ, ਕੁਛ ਗੀਤ ਸੰਗੀਤ ਸੁਣਨ ਸੁਣਾਉਣ ਦੀ ਗੱਲ ਕਰਨੀ ਹੈ ਉਹ ਵੀ ਕਰ ਸਕਦੇ ਹੋ, ਕੋਈ ਹੋਰ ਕੋਈ ਪੰਜਾਬ ਦੀ ਗੱਲ ਕਰਨੀ ਹੈ ਉਹ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਕਰ ਸਕਦੇ ਹੁੰਦੇ ਹਾਂ। ਅਤੇ ਗੱਲ ਕਰੀਏ ਨਾਲ ਦੀ ਨਾਲ ਸੁਨਹਿਰੀ ਸਫ਼ਰ ਜਿਹੜਾ ਤੁਹਾਡਾ ਸਾਂਝਾ ਕਰੀਦਾ, ਉਹ ਅੱਜ ਮੈਂ ਲੈ ਕੇ ਆਇਆ ਸੀ ਅੰਮ੍ਰਿਤਾ ਪ੍ਰੀਤਮ ਨੂੰ, ਸ਼ਾਇਦ ਜਾਣਦੇ ਹੋਣਗੇ ਸਾਡੇ ਬਹੁਤ ਸਾਰੇ ਦਰਸ਼ਕ। ਕਵਿਤਰੀ ਵੀ ਸੀਗੀ ਉਹ, ਲੇਖਕਾ ਵੀ ਸੀਗੀ, ਉਹਨਾਂ ਨੇ ਨਾਵਲ ਵੀ ਲਿਖੇ ਆ ਉਹਨਾਂ ਨੇ ਬਹੁਤ ਸਾਰੇ। ਅਤੇ ਅੰਮ੍ਰਿਤਾ ਪ੍ਰੀਤਮ ਨੂੰ ਮੈਂ ਤਾਂ ਅੱਜ ਜ਼ਿਕਰ ਕਰਨ ਲੱਗਿਆ, ਕਦੇ ਕੀਤਾ ਨਹੀਂ ਆਪਾਂ 5-6 ਸਾਲ ਦੇ ਸਫ਼ਰ ਦੇ ਵਿੱਚ। ਇਹ ਬਹੁਤ ਵਧੀਆ ਲੇਖਕਾ ਸੀਗੀ ਉਹ, ਬਹੁਤ ਵਧੀਆ ਉਹਨਾਂ ਦੀ ਕਲਮ ਬੜੀ ਵਧੀਆ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਸੀਗੀ। ਨਿੱਕੇ ਹੁੰਦੇ ਹੀ ਲਿਖਣ ਦਾ ਸ਼ੌਕ ਸੀ, ਉਹਨਾਂ ਦੇ ਡੈਡੀ ਵੀ ਬੇਸ਼ੱਕ ਲਿਖਦੇ ਸੀਗੇ ਪਰ ਉਹ ਇਹਨੂੰ ਚੰਗਾ ਨਹੀਂ ਸੀ ਸਮਝਦੇ ਬੜਾ ਅੰਮ੍ਰਿਤਾ ਪ੍ਰੀਤਮ ਨੂੰ ਵੀ ਨਿੱਕੀ ਹੁੰਦੀ ਤੋਂ ਜਿਵੇਂ ਹੁੰਦਾ ਦਿਮਾਗ ਦੇ ਵਿੱਚ ਕੁੜੀਆਂ ਦਾ, ਜਦਕਿ ਇਹਨਾਂ ਦੀ ਮਾਤਾ ਜਿਹੜੀ ਰਾਜਬੀਬੀ ਸੀਗੀ ਉਹਨਾਂ ਨੇ ਮੰਗ ਕੇ ਅਰਦਾਸ ਕਰਕੇ ਕੁੜੀ ਲਈ ਸੀਗੀ। ਚਲੋ ਖੈਰ ਉਹ ਲੰਬਾ ਟੋਪਿਕ ਹੈਗਾ, ਆਪਾਂ ਉਧਰਲੇ ਪਾਸੇ ਨਹੀਂ ਜਾਣਾ, ਫਟਾਫਟ ਕਾਲਾਂ ਵਾਲੇ ਪਾਸੇ ਵੀ ਜਾਣਾ। ਤਾਂ ਇਹਦਾ ਜਨਮ ਜਿਹੜਾ ਹੈਗਾ, ਕੁਝ ਲੋਕ ਤਾਂ ਕਹਿੰਦੇ 1 ਸਤੰਬਰ ਨੂੰ ਹੋਇਆ ਸੀ ਨਾ ਅੰਮ੍ਰਿਤਾ ਪ੍ਰੀਤਮ ਦਾ ਜਨਮ, ਅਤੇ ਕੁਛ ਲੋਕ ਕਹਿੰਦੇ 31 ਅਗਸਤ 1919 ਨੂੰ ਹੋਇਆ ਸੀਗਾ। ਅਸੀਂ ਪਹਿਲਾਂ ਜ਼ਿਕਰ ਕੀਤਾ ਪਹਿਲਾਂ ਪ੍ਰੋਗਰਾਮ ਦੇ ਵਿੱਚ, ਔਰ 31 ਅਗਸਤ ਦੀ ਅਗਰ ਗੱਲ ਕਰੀਏ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਜਿਹੜਾ ਉਹ ਵੀ 31 ਅਗਸਤ ਨੂੰ ਆਇਆ ਸੀ, ਇਸ ਵਾਰ ਮਨਾਇਆ ਪੂਰੀਆਂ ਸੰਗਤਾਂ ਨੇ। ਪਰ ਅਸੀਂ ਮਨੋਰੰਜਨ ਦੀ ਗੱਲ ਕਰੀਏ, ਇੰਟਰਟੇਨਮੈਂਟ ਦੀ ਗੱਲ ਕਰੀਏ, ਤਾਂ ਅੰਮ੍ਰਿਤਾ ਪ੍ਰੀਤਮ ਦਾ ਜਨਮ 1919 ਦੇ ਵਿੱਚ ਹੋਇਆ ਸੀ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ, ਅਤੇ ਬਾਅਦ ਦੇ ਵਿੱਚ ਇਹ 47 ਦੀ ਵੰਡ ਤੋਂ ਬਾਅਦ ਇਹ ਆ ਗਏ ਸੀਗੇ ਇੱਧਰ ਭਾਰਤ ਦੇ ਵਿੱਚ, ਤਾਂ ਦਿੱਲੀ ਰਹਿਣ ਲੱਗ ਪਏ ਸੀਗੇ। ਮੈਂ ਇਹਨਾਂ ਦਾ ਜ਼ਿਕਰ ਇੱਕ ਤਾਂ ਕਰਨ ਲੱਗਿਆ ਕਿ ਜਦੋਂ 1947 ਦੀ ਵੰਡ ਹੋਈ ਸੀਗੀ ਤਾਂ ਇਹਨਾਂ ਨੇ ਇੱਕ ਗੀਤ ਲਿਖਿਆ ਸੀ ਬਹੁਤ ਵਧੀਆ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਸੀਗਾ, ਔਰ ਉਹ ਤੁਹਾਡੇ ਨਾਲ ਸਾਂਝਾ ਕਰਨਾ ਵੀ ਬਣਦਾ ਗੀਤ ਸੀਗਾ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਦੇ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। 1947 ਦੀ ਵੰਡ ਵੇਲੇ ਉਹ ਗੀਤ ਉਹਨਾਂ ਨੇ ਲਿਖਿਆ ਸੀਗਾ। ਤਾਂ ਪ੍ਰੀਤਮ ਦੀ ਗੱਲ ਮੈਂ ਅੱਜ ਇਸ ਕਰਕੇ ਵੀ ਕਰ ਰਿਹਾ ਕਿ ਜਦੋਂ ਇਹਨਾਂ ਨੂੰ ਖੁਸ਼ਵੰਤ ਸਿੰਘ ਨੇ ਪੁੱਛਿਆ ਸੀ ਕਿ ਤੇਰੀ ਜ਼ਿੰਦਗੀ ਕੀ ਹੈ, ਤਾਂ ਇਹਨਾਂ ਨੇ ਰਸੀਦੀ ਟਿਕਟ ਜਿਹੜੀ ਹੈ ਆਪਦੀ ਜੀਵਨੀ ਲਿਖੀ ਸੀ ਰਸੀਦੀ ਟਿਕਟ ਦੀ। ਸੋ ਤੁਹਾਡੀਆਂ ਕਾਲਾਂ ਵੀ ਧੜ ਧੜ ਆ ਰਹੀਆਂ ਨੇ। ਰਸੀਦੀ ਟਿਕਟ ਦੇ ਵਿੱਚ ਇਹਨਾਂ ਨੇ ਜਿਹੜਾ ਜ਼ਿਕਰ ਕੀਤਾ ਸੀ ਆਪਣੀ ਜ਼ਿੰਦਗੀ ਦਾ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਜਾਂ ਅਸੀਂ ਇੱਕ ਇਨਸਾਨ ਹੈਗਾ, ਰਸੀਦੀ ਟਿਕਟ ਜਦੋਂ ਪੁੱਛਿਆ ਵੀ ਨਾਮ ਕਿਉਂ ਰੱਖਿਆ, ਉਹ ਕਹਿੰਦੇ ਬਾਕੀ ਟਿਕਟਾਂ ਜਿਹੜੀਆਂ ਉਹਨਾਂ ਦਾ ਸਾਈਜ਼ ਵੱਧਦਾ ਘੱਟਦਾ ਰਹਿੰਦਾ, ਰਸੀਦੀ ਟਿਕਟ ਉਸੇ ਸਾਈਜ਼ ਦੀ ਰਹਿੰਦੀ ਹੈ। ਤਾਂ ਰਸੀਦੀ ਟਿਕਟ ਦੀ ਵੈਲਿਊ ਜਿਹੜੀ ਹੈ ਉਹ ਆਪਾਂ ਨੂੰ ਪਤਾ ਹੈ। ਅੱਜ ਕੱਲ੍ਹ ਸਮਾਂ ਬਦਲ ਗਿਆ ਕਿ ਰਸੀਦੀ ਟਿਕਟ ਤੋਂ ਬਿਨਾਂ ਚਾਹੇ ਕੋਈ ਪੈਸੇ ਲੈਣੇ ਹੁੰਦੇ ਸੀ, ਪਹਿਲਾਂ ਰਸੀਦੀ ਟਿਕਟ ਲੈਣੀ ਪੈਂਦੀ ਸੀਗੀ। ਉਹ ਵੀ ਅਗਰ ਸਾਡੇ ਦਰਸ਼ਕਾਂ ਨੇ ਪੜ੍ਹੀ ਹੋਵੇ ਉਹਦੀ ਜੀਵਨੀ, ਤਾਂ ਜ਼ਰੂਰ ਉਹਨਾਂ ਨੂੰ ਪਤਾ ਹੋਏਗਾ ਕਿ ਬਹੁਤ ਵਧੀਆ ਜੀਵਨੀ ਸੀ। ਇੱਕ ਅੱਧੀ ਕਾਲ ਲੈ ਕੇ ਫਿਰ ਬ੍ਰੇਕ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁਦਰਸ਼ਨ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਹੋਰ ਕੀ ਹਾਲ ਚਾਲ? ਠੀਕ ਠਾਕ, ਬਹੁਤ ਵਧੀਆ। ਕਾਫੀ ਦਿਨਾਂ ਬਾਅਦ ਮੇਰੇ ਖਿਆਲ ਕਰ ਰਹੇ ਜੀ ਫੋਨ। ਕਾਫੀ ਦਿਨ ਹੋ ਗਏ, ਗੱਲ ਨਹੀਂ ਹੋਈ। ਹਾਂਜੀ, ਸਭ ਸੁੱਖ ਸਾਂਦ ਹੈ, ਬਿਲਕੁਲ। ਬਸ ਅੱਜ ਮੈਂ ਕਿਹਾ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ ਹੈ, 31 ਅਗਸਤ ਨੂੰ ਸੀਗਾ, 31 ਅਗਸਤ ਨੂੰ ਸੀਗਾ ਉਹਨਾਂ ਦਾ ਬਰਥਡੇ, ਅੰਮ੍ਰਿਤਾ ਪ੍ਰੀਤਮ ਜੀ ਦਾ। ਤੇ ਉਹਨਾਂ ਦੀਆਂ ਪੋਇਟਰੀ ਦੀਆਂ ਕੁਛ ਲਾਈਨਾਂ ਤੁਹਾਡੇ ਨਾਲ ਸਾਂਝੀ ਕਰਾਂਗੀ ਮੈਂ। ਲਾਈਨਾਂ ਨੇ ਕਿ ਹਮਨੇ ਆਜ ਦੁਨੀਆ ਵੇਚੀ, ਹਮਨੇ ਆਜ ਦੁਨੀਆ ਵੇਚੀ ਔਰ ਇੱਕ ਦੀਨ ਖਰੀਦ ਕੇ ਲਾਏ, ਬਾਤ ਕੁਫਰ ਕੀ ਹੈ ਹਮਨੇ, ਅੰਬਰ ਕੀ ਇੱਕ ਪਾਕ ਸੁਰਾਹੀ, ਬਾਦਲ ਕਾ ਇੱਕ ਜਾਮ ਉਠਾ ਕੇ, ਘੂਟ ਚਾਂਦਨੀ ਪੀ ਹੈ ਹਮਨੇ, ਬਾਤ ਕੁਫਰ ਕੀ ਹੈ ਹਮਨੇ, ਸਪਨੋ ਕਾ ਇੱਕ ਥਾਨ ਬੁਨਾ ਥਾ, ਗਜ਼ਕ ਕੱਪੜਾ ਫਾੜ ਲਿਆ, ਔਰ ਉਮਰ ਕੀ ਚੋਲੀ ਸੀ ਹੈ ਹਮਨੇ, ਆਪਣਾ ਇਸਮੇ ਕੁਛ ਵੀ ਨਹੀਂ ਹੈ, ਮਾਨ ਕੇ ਆਪਣੀ ਮੌਤ ਕੇ ਹਾਥੋਂ, ਯੇ ਜੋ ਜ਼ਿੰਦਗੀ ਲੀ ਹੈ ਹਮਨੇ, ਬਾਤ ਕੁਫਰ ਕੀ ਹੈ ਹਮਨੇ।
ਬਹੁਤ ਸੋਹਣੀਆਂ ਇਹਨਾਂ ਦੀਆਂ ਰਚਨਾਵਾਂ ਨੇ। ਹਿੰਦੀ ਪੰਜਾਬੀ ਬੜਾ ਕੁਛ ਲਿਖਿਆ ਇਹਨਾਂ ਨੇ। ਹਾਂ ਹਿੰਦੀ ਪੰਜਾਬੀ ਬਹੁਤ, ਹਾਂ ਹਿੰਦੀ 'ਚ ਬਹੁਤ ਲਿਖੀਆਂ ਹੋਈਆਂ ਨੇ ਤੇ ਪੰਜਾਬੀ 'ਚ ਵੀ ਬਹੁਤ ਲਿਖੀਆਂ ਹੋਈਆਂ ਨੇ। ਇਹਨਾਂ ਨੂੰ ਔਰਤਾਂ ਦੀ ਆਵਾਜ਼ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਵੀ ਔਰਤਾਂ ਦੀ ਆਵਾਜ਼ ਚੁੱਕਣ ਵਾਲੀ ਲੇਖਕਾ ਹੈ। ਬਿਲਕੁਲ ਬਿਲਕੁਲ, ਬਹੁਤ ਕੁਛ ਲਿਖਿਆ ਜੀ ਇਹਨਾਂ ਨੇ। ਮੈਂ ਇਹਨਾਂ ਦੀ ਬੁੱਕ ਰੱਖੀ ਹੋਈ ਹੈ ਆਪਣੇ ਕੋਲ, ਅੰਮ੍ਰਿਤਾ ਪ੍ਰੀਤਮ ਦੀ ਜੀਵਨੀ। ਰਸੀਦੀ ਟਿਕਟ ਤੁਸੀਂ ਪੜ੍ਹੀ ਇਹਨਾਂ ਦੀ? ਰਸੀਦੀ ਮੇਰੇ ਕੋਲ ਉਹੀ ਬੁੱਕ ਹੈ, ਮੈਂ ਉਹਦੇ ਚੋਂ ਹੀ ਇੱਕ ਚੰਦ ਲਾਈਨਾਂ ਲਿਖੀਆਂ, ਉਹਦੇ ਚੋਂ ਹੀ ਮੈਂ ਚੰਦ ਲਾਈਨਾਂ ਨੋਟ ਕੀਤੀਆਂ ਸਨ, ਮੈਨੂੰ ਬਹੁਤ ਅੱਛੀਆਂ ਲੱਗੀਆਂ ਸਨ। ਹਾਂ ਰਸੀਦੀ ਹੈ ਮੇਰੇ ਕੋਲ। 1968 ਦੇ ਵਿੱਚ ਇਹਨਾਂ ਨੇ ਲਿਖੀ ਸੀ ਇਹ ਰਸੀਦੀ ਟਿਕਟ ਤੇ ਬਲੈਕ ਰੋਜ਼। ਹਾਂਜੀ ਦੋਨੋਂ ਬੁੱਕਾਂ ਜਿਹੜੀਆਂ ਇਹਨਾਂ ਦੀ ਬਾਇਓਗ੍ਰਾਫੀ ਸੀਗੀ ਇਹ। ਮੈਂ ਆ ਰਹੀ ਸਾਂ ਇੰਡੀਆ ਤੋਂ ਤੇ ਮੇਰੇ ਨਨਦ ਦੇ ਬੇਟੇ ਨੇ ਕਿਹਾ ਕਿ ਮਾਮੀ ਜੀ ਤੁਹਾਨੂੰ ਸ਼ੌਕ ਹੈ ਤੇ ਤੁਸੀਂ ਬੁੱਕ ਲੈ ਜਾਓ। ਮੈਂ ਕਿਹਾ ਠੀਕ ਹੈ। ਨਹੀਂ ਹੈਗੇ ਨੇ ਜੀ ਸਾਡੇ ਜਿਹੜੇ ਲੇਖਕ ਜਿੰਨੇ ਵੀ ਹੈਗੇ ਨੇ ਸਾਰੇ ਬਹੁਤ ਵਧੀਆ ਕੰਮ ਕੀਤਾ, ਕਿਸੇ ਦੇ ਕੋਈ ਕੰਟਰੋਵਰਸੀ ਦੇ ਵਿੱਚ ਵੀ ਰਹੇ ਨੇ। ਈਵਨ ਖੁਸ਼ਵੰਤ ਸਿੰਘ ਦੀ ਜੇ ਗੱਲ ਕਰਾਂਗੇ ਤੇ ਉਹ ਖੁਸ਼ਵੰਤ ਸਿੰਘ ਦਾ ਇੱਕ ਵੱਖਰਾ ਕਿਰਦਾਰ ਸੀ, ਵੱਖਰਾ ਉਹਦਾ ਆਪਣਾ ਰੰਗ ਢੰਗ ਸੀ। ਬਿਲਕੁਲ, ਹਰ ਹਰ ਜਿਹੜਾ ਹਰ ਫੀਲਡ ਦੇ ਵਿੱਚ ਕੰਟਰੋਵਰਸੀ ਤੇ ਚੱਲਦੀ ਹੈ ਜੀ। ਹਾਂਜੀ ਬਲਵੰਤ ਗਾਰਗੀ ਸਾਹਿਬ ਜਿਹੜੇ ਸੀਗੇ ਉਹ ਉਹਨਾਂ ਦਾ ਅਲੱਗ ਸੀਗਾ ਜੀ। ਵੈਸੇ ਬਾਈ ਚਾਂਸ ਤੁਸੀਂ ਹੈ ਨਹੀਂ ਸੀ, ਤੁਸੀਂ ਦੂਸਰੇ ਸਟੇਟ 'ਚ ਸੀਗੇ ਤੇ ਮੈਂ ਕਿਹਾ ਲਓ ਅੱਜ ਸ਼ੋਅ ਤੇ ਹੁੰਦੇ ਤੇ ਮੈਂ ਜ਼ਰੂਰ ਸੁਣਾ ਦਿੰਦੀ ਉਹਨਾਂ ਨੂੰ। ਚੱਲ ਲੈ ਠੀਕ ਹੈ, ਥੈਂਕ ਯੂ। ਕਾਲਾਂ ਦਾ ਸਿਲਸਿਲਾ ਧੜਾ ਧੜ ਜਿਹੜਾ ਉਹ ਚੱਲ ਰਿਹਾ ਤੇ ਪਰ ਫਿਲਹਾਲ ਇੱਕ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਕੋਈ ਵੀ ਦਿਲ ਦੀ ਗੱਲ, ਕੋਈ ਵੀ ਸੁਣ ਸੁਣਾਉਣ, ਸੰਗੀਤ ਦੀ ਗੱਲ ਆਪਾਂ ਅੱਜ ਕਰ ਸਕਦੇ, ਮਨੋਰੰਜਨ ਦੀ ਗੱਲ ਕਰ ਸਕਦੇ, ਪੰਜਾਬ ਦੀ ਗੱਲ ਕਰ ਸਕਦੇ ਹਾਂ, ਤੇ ਫਿਲਹਾਲ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ, ਦੇਖਦੇ ਰਹੋ। ਬ੍ਰੇਕ ਤੋਂ ਬਾਅਦ ਸਵਾਗਤ ਜੈ ਨੂੰ ਜਲਵੇ ਜੱਗੀ ਦੇ ਵਿੱਚ। ਗੱਲਬਾਤ ਕਰ ਰਹੇ ਹਾਂ ਅੰਮ੍ਰਿਤਾ ਪ੍ਰੀਤਮ ਬਾਰੇ। 28 ਨਾਵਲ ਇਹਨਾਂ ਨੇ ਲਿਖੇ ਆ ਔਰ 100 ਦੇ ਕਰੀਬ ਕਿਤਾਬਾਂ ਲਿਖੀਆਂ, ਬਹੁਤ ਵਧੀਆ ਲਿਖਿਆ ਵਿੱਚ, ਬਹੁਤ ਕਈ ਬਹੁਤ ਵਧੀਆ ਲਿਖੇ ਨੇ। ਨਾਵਲਾਂ ਦੀ ਗੱਲ ਕਰੀਏ ਤਾਂ ਪਿੰਜਰ ਨਾਵਲ ਇੱਕ ਜਿਹੜਾ ਆਇਆ ਸੀ ਉਹਦੇ ਉੱਪਰ ਫਿਰ ਫਿਲਮ ਵੀ ਬਣੀ ਸੀਗੀ, ਹਿੰਦੀ ਫਿਲਮ ਬਣੀ ਸੀ ਪਿੰਜਰ ਨਾਵਲ ਦੇ ਉੱਪਰ। ਸੋ ਆਪਾਂ ਤੁਹਾਡੀਆਂ ਕਾਲਾਂ ਲੈਂਦੇ ਹਾਂ ਜੀ, ਕੀ ਕਹਿੰਦੇ ਤੁਸੀਂ, ਕੀ ਵਿਚਾਰ ਨੇ ਤੁਹਾਡੇ? ਹੈਲੋ ਮੇਰੇ ਦੋਸਤ ਚਰਨਜੀਤ ਬਰਾੜ ਦੇ ਵੱਡੇ ਭਰਾ ਨੇ ਇਹ ਤੇ ਹਾਂਜੀ ਇੱਥੇ ਬ੍ਰਹਮਪਟਨ ਹੀ ਰਹਿੰਦੇ ਆ ਇਕਬਾਲ ਬਰਾੜ। ਹਾਂਜੀ ਹਾਂਜੀ ਚਰਨਜੀਤ ਬਰਾੜ ਉਹਨਾਂ ਦਾ ਭਰਾ ਇੱਥੇ ਰੀਅਲ ਸਟੇਟ ਦਾ ਕੰਮ ਵੀ ਕਰਦਾ ਤੇ ਨਾਲੇ ਰੇਡੀਓ ਪ੍ਰੋਗਰਾਮ ਵੀ ਦਿੰਦੇ ਆ, ਉਹ ਮੇਰੇ ਦੋਸਤ ਆ। ਹਾਂਜੀ ਚੰਗੀ ਗੱਲ ਹੈ ਤੇ ਵੈਸੇ ਜਦੋਂ ਜ਼ਿਕਰ ਕਰਦਾ ਸੀ ਤੇ ਮੈਨੂੰ ਚੰਗੀ ਕੁਆਲਿਟੀ ਦੀ ਇਹ ਮਿਲੀ, ਇੱਕ ਇਹ ਕਵਿਤਾ ਮਿਲੀ ਇੱਕ ਪੂਰਨ ਜੀ ਪਿਆਰੇ ਲਾਲ ਜੀ ਉਹਨਾਂ ਦੀ ਗਾਈ ਹੋਈ ਵੀ ਸੀਗੀ ਸੀਐਮ ਇਹ। ਹਾਂਜੀ ਹਾਂਜੀ ਫਿਰ ਮੈਨੂੰ ਇਹ ਵਧੀਆ ਲੱਗੀ, ਫਿਰ ਇਹ ਸਾਂਝੀ ਕੀਤੀ। ਇਕਬਾਲ ਬਰਾੜ ਸਾਹਿਬ ਦੀ ਆਵਾਜ਼ ਬਹੁਤ ਸ਼ਾਨਦਾਰ ਆਵਾਜ਼ ਆ, ਉਹ ਜ਼ਿਆਦਾਤਰ ਮੁਹੰਮਦ ਰਫੀ ਸਾਹਿਬ ਦੇ ਗੀਤ ਗਾਉਂਦੇ ਨੇ। ਹੋਰ ਵੀ ਆਏ ਤੇ ਇਕਬਾਲ ਬਰਾੜ ਸਾਹਿਬ ਦੇ ਹੋਰ ਆਏ ਗਾਣੇ ਗੁਣੇ? ਹਾਂ ਜੀ ਹੈਗੇ ਜੀ ਹੈਗੇ ਜੀ, ਯੂਟਿਊਬ ਤੇ ਪਾ ਕੇ ਦੇਖਿਓ, ਮੁਹੰਮਦ ਰਫੀ ਸਾਹਿਬ ਦੇ ਗਾਏ ਹੋਏ ਇਹ ਗਾਣੇ ਤੁਹਾਨੂੰ ਮਿਲ ਜਾਣਗੇ, ਹੋਰ ਵੀ ਕਲਾਕਾਰਾਂ ਦੇ ਗਾਏ, ਇਹਨਾਂ ਦੇ ਆਪਣੇ ਵੀ ਗਾਏ ਮਿਲ ਜਾਣਗੇ। ਜ਼ਰੂਰ ਮੈਂ ਕਰੂੰਗਾ ਜੀ ਇਹਨਾਂ ਨੂੰ ਸੰਪਰਕ। ਹਾਂਜੀ ਤੇ ਅੰਮ੍ਰਿਤਾ ਪ੍ਰੀਤਮ ਦੀ ਇਹ ਕਵਿਤਾ ਸਾਨੂੰ ਸਕੂਲ ਦੇ ਵਿੱਚ ਕਿਤਾਬ ਦੇ ਵਿੱਚ ਲੱਗੀ ਹੋਈ ਸੀ ਪੰਜਾਬੀ ਦੀ ਕਿਤਾਬ 'ਚ, ਤੇ ਉਹ ਮੈਂ ਆਪ ਖੁਦ ਗਾਉਂਦਾ ਰਿਹਾ ਸਕੂਲ ਦੇ ਵਿੱਚ। ਇਹੀ ਕਵਿਤਾ ਅੱਜ ਅੱਖਾਂ ਵਾਰਿਸ਼ਾਂ ਨੂੰ। ਹਾਂਜੀ ਇਹੀ ਕਵਿਤਾ, ਉਹ ਬਸ ਉਹ ਪਹਿਲੇ ਹੀ ਸੁਣਾ ਚੁੱਕੇ ਨੇ ਉਹਨੇ ਕਿ ਹੁਣ ਮੈਨੂੰ ਯਾਦ ਹੈ ਇਕਬਾਲ ਬਰਾੜ ਸਾਹਿਬ ਸੁਣਾ ਚੁੱਕੇ ਆ। ਹਾਂਜੀ 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 ਵੈਸੇ ਵਿਰੋਧਤਾ ਜਿਵੇਂ ਕਹਿੰਦੇ ਹੁੰਦੇ ਆ ਹਰ ਦੀ ਹਰ ਇੱਕ ਦੀ ਹੁੰਦੀ ਹੈ, ਜਾਂ ਅੰਮ੍ਰਿਤਾ ਪ੍ਰੀਤਮਾ ਦੀ ਥੋੜੀ ਜਿਹੀ ਵਿਰੋਧਤਾ ਰਹੀ ਆ ਪਹਿਲਾਂ ਵਿੱਚ? ਹਾਂਜੀ ਕਿਉਂ ਪਹਿਲਾਂ ਤਾਂ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਬਹੁਤ ਪਸੰਦ ਕਰਦਾ ਹੁੰਦਾ ਸੀ ਕਿਉਂਕਿ ਇਹ ਜ਼ਿਆਦਾ ਇੰਦਰਾ ਗਾਂਧੀ ਦੀ ਫਰੈਂਡ ਸੀ ਤੇ ਹਾਂਜੀ ਉਸੇ ਕਰਕੇ ਹਾਂਜੀ ਉਹ ਤੇ ਉਹਦੀ ਗੱਲ ਇਹ ਆ ਨਾ ਵੀ ਉਹਦੇ ਵਾਂਗੂ ਹੇਅਰ ਸਟਾਈਲ ਕਰਦੀ ਸੀ, ਉਹਨੇ ਇਹਨੂੰ ਇੱਕ ਵਾਰੀ ਰਾਜ ਸਭਾ ਦਾ ਮੈਂਬਰ ਬਣਾਇਆ, ਹਾਲਾਂਕਿ ਪੰਜਾਬੀ ਦੀ ਕਵਿਤਰੀ, ਤੇ ਉਹਨੇ ਜਾ ਕੇ ਇੱਥੇ ਅੰਮ੍ਰਿਤਾ ਪ੍ਰੀਤਮ ਨੇ ਹਿੰਦੀ ਦੇ ਵਿੱਚ ਸਹੁੰ ਚੁੱਕੀ
ਤੇ ਇਸ ਗੱਲ ਦਾ ਕਾਫੀ ਲੋਕਾਂ ਨੂੰ ਕਾਫੀ ਸਦਮਾ ਹੋਇਆ ਸੀ। ਫਿਰ ਇਹ ਜਿਹੜਾ 2005 ਵਿੱਚ 31 ਅਕਤੂਬਰ 2005 ਨੂੰ ਇਹਨਾਂ ਦੀ ਡੈਥ ਹੋਈ ਆ, ਉਦੋਂ ਪਹਿਲਾਂ 1980 ਤੋਂ ਬਾਅਦ ਫਿਰ ਇਹਨਾਂ ਦਾ ਥੋੜਾ ਜਿਹਾ ਹੋਇਆ ਵੀ, ਪਰ ਅਸੀਂ ਉਸ ਗੱਲ ਨੂੰ ਪਾਸੇ ਰੱਖ ਕੇ ਤਾਂ ਯਾਦ ਕੀਤਾ ਕਿ ਉਹਨਾਂ ਦੀ ਲਿਖਣੀ ਜਿਹੜੀ, ਹਾਂ 1984 ਦੇ ਵਿੱਚ ਉੱਥੇ ਹੀ ਸੀ, ਇਹਨਾਂ ਨੇ ਇੱਕ ਵੀ ਲਫ਼ਜ਼ ਨਹੀਂ ਲਿਖਿਆ ਜੋ ਕਿ ਦਿੱਲੀ 'ਚ ਕਤਲੇਆਮ ਹੋਇਆ। ਤੇ ਬਾਕੀ ਇਹਨਾਂ ਉਹਨਾਂ ਦੀ ਲਿਖਣੀ ਉਹਨੂੰ ਯਾਦ ਕਰ ਲਿਆ ਜੀ। ਹਾਂਜੀ, ਲਿਖਣੀ ਨੂੰ ਤੁਸੀਂ ਯਾਦ ਕੀਤਾ ਤੇ ਬਹੁਤ ਕਵਿਤਰੀ, ਇਹ ਔਰਤਾਂ ਦੇ ਵਿੱਚ ਇਹਨਾਂ ਦਾ ਜ਼ਿਆਦਾ ਵੱਡਾ ਨਾਂ ਆਉਂਦਾ ਅੰਮ੍ਰਿਤਾ ਪ੍ਰੀਤਮ ਦਾ ਜੀ, ਔਰਤਾਂ ਦੀ ਆਵਾਜ਼ ਹਟਾਉਣ ਵਾਲੀ ਜਿਹੜੀ ਗੱਲ। ਹਾਂਜੀ ਹਾਂਜੀ ਹਾਂਜੀ, ਤੇ ਉਹ ਪਹਿਲਾਂ ਤਾਂ ਤੁਹਾਨੂੰ ਪਤਾ ਕਈ ਵਾਰੀ ਉਹ ਆਪਣੇ ਪੰਜਾਬੀ ਜ਼ੁਬਾਨ ਦੇ ਵਿੱਚ ਕੁੜੀਆਂ ਨੂੰ ਕੌਣ ਲਿਖਣ ਦਿੰਦਾ ਸੀ, ਤੇ ਇਹਨਾਂ ਨੇ ਨਿਤਰਕ ਹੋ ਕੇ ਲਿਖਿਆ ਔਰ ਲਿਖਿਆ ਵੀ ਬੜਾ ਸਾਫ ਸੁਥਰਾ ਲਿਖਿਆ ਜੀ। ਹਾਂਜੀ, ਤੇ ਇਹ ਫਿਰ ਠੀਕ ਆ, ਇਹਨਾਂ ਦੀ ਕੁਛ ਲਾਈਫ ਇਸ ਤਰ੍ਹਾਂ ਹੀ ਚੱਲੀ, ਪਰ ਉਹਦੇ ਵੱਲ ਨਹੀਂ ਮੈਂ ਜਾਣਾ ਚਾਹੁੰਦਾ। ਪਰ ਜੋ ਕੁਛ ਵੀ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ, ਪੰਜਾਬੀ ਲਈ ਲਿਖ ਗਏ, ਉਹ ਬਹੁਤ ਮਹਾਨ ਸੀ ਜੀ। ਜੀ ਜੀ, ਚਲੋ ਹਾਂਜੀ, ਮਿਹਰਬਾਨੀ। ਹਾਂਜੀ, ਓਕੇ, ਥੈਂਕ ਯੂ ਜੀ। ਹੈਲੋ 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 ਜੀ ਜੀ, ਸਤਿ ਸ੍ਰੀ ਅਕਾਲ ਜੀ, ਸਾਹਿਬ ਸੁਰਿੰਦਰ ਸਿੰਘ ਜੀ। ਜੱਗੀ ਵੀਰੇ, ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ, ਬਸ ਤੁਹਾਡੇ ਆਸ਼ੀਰਵਾਦ ਨਾਲ ਵਧੀਆ ਚੱਲ ਰਿਹਾ ਸਾਰਾ ਕੁਛ। ਬਹੁਤ ਵਧੀਆ ਚੱਲ ਰਿਹਾ, ਬੜੀ ਖੁਸ਼ੀ ਹੋਈ ਆ। ਜਿਹੜਾ ਪਗੜੀ ਪੱਕੀ ਬੰਨ ਲਈ ਹੈ, ਤੇ ਜਵਰਿਆੜ ਸਾਹਿਬ ਨੇ ਦਾੜੀ ਰੱਖ ਲਈ ਲੱਗਦੀ ਮੈਨੂੰ, ਦੋ ਵਾਰੀ ਦੇਖੀ ਉਹਨਾਂ ਨੇ, ਪਰਸੋਂ ਚੌਥ ਬੰਨੀ ਸੀ, ਪੱਗ ਸ਼ੁਰੂ ਕੀਤੀ ਆ। ਵਾਹ ਜੀ ਵਾਹ ਜੀ ਵਾਹ, ਫਿਰ ਤਾਂ ਆਪਣੀਆਂ ਲਹਿਰਾਂ ਬਹਿਰਾਂ ਹੋ ਜੂਗੀਆਂ ਜੀ। ਚੰਗੀ ਗੱਲ ਜੀ, ਚੰਗੀ। ਹਾਂ ਅੱਜ ਦੋ ਤਿੰਨ ਦਿਨ ਇਕੱਠੇ ਹੋਏ ਹੋ ਆ, ਇੱਕ ਤਾਂ ਅੰਮ੍ਰਿਤਾ ਪ੍ਰੀਤਮ ਦਾ, ਉਹ ਤਾਂ ਤੁਸੀਂ ਗਾਣਾ ਸੁਣਾ ਦਿੱਤਾ, ਮੈਂ ਸੁਣਾਉਣਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਹੈ। ਹਾਂ, ਗ੍ਰੰਥ ਸਾਹਿਬ ਦਾ ਵੀ ਹੈਗਾ ਤੇ ਲੇਬਰ ਡੇ ਵੀ ਹੈਗਾ, ਲੇਬਰ ਡੇ ਵੀ। ਹਾਂਜੀ, ਤੇ ਮੈਂ ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਲਾਈਨਾਂ ਬਾਪੂ ਪਾਰਸ ਦੀਆਂ ਸੁਣਾ ਦਿੰਦਾ ਜੀ। ਜ਼ਰੂਰ ਜੀ, ਜ਼ਰੂਰ, ਬਹੁਤ ਵਧੀਆ ਜੀ। ਕਵਿਤਾ ਤਾਂ ਲੰਬੀ ਹੈ, ਮੈਂ ਥੋੜ੍ਹੀ ਅੱਧੀ ਕੁ ਸੁਣਾ ਦਿੰਦਾ ਫਿਰ। ਆਗਿਆ ਪੁਰਖ ਅਕਾਲ ਨੂੰ ਸਾਜਿਆ, ਤੀਜਾ ਪੰਥ ਗਿਆ, ਦਸਾਂ ਗੁਰਾਂ ਦੀ ਜੋਤੀ ਥਾਪਿਆ, ਮਹਾ ਗ੍ਰੰਥ ਗਿਆ, ਜਿਸ ਵਿੱਚ ਗਿਆਨ ਖਜ਼ਾਨਾ, ਬਾਣੀ ਰਚਨੇ ਹਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ, ਪ੍ਰਗਟ ਗੁਰਾਂ ਦੀ ਦੇਹੀ ਵਿੱਚੋਂ ਗੂੜਾ ਗਿਆਨ ਗਹਿਓ, ਨੇਤਰਧਾਰ ਖਾਲਸਾ ਜੀ ਦੇ ਘਰ ਪ੍ਰਸੰਨ ਰਹਿਓ, ਮੇਰੇ ਥਾਂ ਤੇ ਹੁਕਮ ਮੰਨਿਓ ਪੰਜਾਂ ਪਿਆਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ, ਕਬਰ ਮੜੀ ਮੱਟ ਬੁੱਤ ਤੁਹਾਡੇ ਪੂਜਣ ਯੋਗ ਨਹੀਂ, ਕਾਮਾਂ ਤੇ ਹਾਂਸਾਂ ਦੀ ਹੁੰਦੀ ਕੋ ਚੋਗ ਨਹੀਂ, ਆਪਣਾ ਇੱਟ ਹੁੰਦਾ ਹੈ ਫਿਰ ਕੇ ਨਿਆਰਿਆਂ ਨਿਆਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ, ਪੂਜਾ ਇੱਕ ਅਕਾਲ ਪੁਰਖ ਦੀ ਕਰਨੀ ਹੋਵੇਗੀ, ਦੇਵੀ ਦੇਵਤਿਆਂ ਤੇ ਟੇਕ ਨਾ ਉੱਕੀ ਧਰਨੀ ਹੋਵੇਗੀ, ਕੱਟ ਬਿਹਾਜਣ ਕੰਮ ਨਾ ਲਾਲਾਂ ਦੇ ਬਣਜਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਹੈ ਸਿੱਖਾਂ ਸਾਰਿਆਂ ਦਾ, ਕਲਪ ਬ੍ਰਿਛ ਦੇ ਅੰਮ੍ਰਿਤ ਫਲ ਨੂੰ ਖਾਣਾ ਚਾਹੂ ਜੋ, ਸਿੱਖੀ ਦੀ ਮੰਜ਼ਿਲ ਤੇ ਸਿੱਧਾ ਜਾਣਾ ਚਾਹੂ ਜੋ, ਰਾਤਾਂ ਲੰਘਣਾ ਪੈਣਾ ਸੂਈਆਂ ਦਿਆਂ ਨਖਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ, ਧਰ ਕੇ ਸਰਾਣੇ ਦੇਣਾ ਸੌਣ ਨਾ ਮੁਗਲਾਂ ਨੂੰ, ਚੈਨ ਅੱਖ ਦਾ ਝਮਕਾ ਦੇਣਾ ਆਉਣ ਨਾ ਮੁਗਲਾਂ ਨੂੰ, ਜੋਰ ਦਿਖਾਉਂਦੇ ਰਹਿਣਾ ਪਾਰਸ ਹੱਥ ਕਰਾਰਿਆਂ ਦਾ, ਪਾਰਸ ਹੱਥ ਕਰਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ। ਬਹੁਤ ਵਧੀਆ ਜੀ, ਬਾਪੂ ਜੀ ਵੀ ਕਮਾਲਾ ਕਰ ਗਏ ਲਿਖਣ ਦੇ। ਕਿਆ ਕਮਾਲ ਜੀ, ਕਵਿਤਾ ਬਹੁਤ ਲੰਬੀ ਸੀ, ਮੈਂ ਥੋੜੀ ਜਿਹੀ ਚੌਥਾ ਕਿੱਥੇ ਸੁਣਾਈ ਆ, ਤੇ ਚਲੋ ਚਲੋ, ਬਹੁਤ ਮਿਹਰਬਾਨੀ ਜੀ, ਬਹੁਤ ਵਧੀਆ ਜੀ, ਗੱਲਬਾਤ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਬਿਲਕੁਲ, ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ, ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ, ਤੁਸੀਂ ਵੀ ਕਾਲ ਕਰਕੇ ਆਪਣੀ ਸ਼ਮੂਲੀਅਤ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਹਾਡੇ ਜ਼ਿਹਨ ਦੇ ਵਿੱਚ ਹੈਗੀ ਹੈ ਤਾਂ ਕਰ ਸਕਦੇ। ਅੰਮ੍ਰਿਤਾ ਪ੍ਰੀਤਮ ਦੀ ਨਾਲ ਨਾਲ ਗੱਲ ਕੀਤੀ ਸੀਗੀ, ਉਹਨਾਂ ਦੇ ਮੈਂ ਦੱਸ ਚੁੱਕਾ 28 ਨਾਵਲ ਜਿਹੜੇ ਆਏ ਸੀਗੇ, ਸੋ ਇਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਸਿੱਧੀਆਂ ਗੱਲਾਂ ਤੁਹਾਡੇ ਨਾਲ ਹੀ ਕਰਨੀਆਂ, ਤੁਹਾਡੇ ਦਿਲ ਦੀ ਗੱਲ ਕਰਨੀ ਹੈ, ਅੱਜ ਦਾ ਪ੍ਰੋਗਰਾਮ ਤੁਹਾਡੀ ਮਰਜ਼ੀ ਦਾ ਹੁੰਦਾ, ਇਸ ਕਰਕੇ ਜੋ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਜੈਨੂ ਜਲਵੇ ਜੱਗੀ ਦੇ ਵਿੱਚ। ਜਾਣਦੇ ਹਾਂ ਤੁਹਾਡੇ ਵਿਚਾਰ ਕੀ ਨੇ, ਤੁਹਾਡੇ ਦਿਲਾਂ ਦੇ ਵਲਵਲੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਲੱਖਾਂ ਪੰਜਾਬੀਆਂ ਨੂੰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਇੰਦਰਜੀਤ ਸਿੰਘ ਗਰੇਵਾਲ ਬੋਲ। ਹਾਂਜੀ ਹਾਂਜੀ ਹਾਂਜੀ, ਇੰਦਰਜੀਤ ਸਿੰਘ ਗਰੇਵਾਲ ਸਾਹਿਬ, ਕੀ ਹਾਲ ਚਾਲ ਆ ਜੀ?
ਠੀਕ ਹੈ ਜੀ, ਬੜਾ ਵਧੀਆ ਰਿਹਾ ਇਕੱਠੇ ਆਪਾਂ ਗਏ ਉੱਥੇ। ਅੱਜ ਦਲਵੀਰ ਨਿੱਜਰ ਦਿਲ ਨਿੱਜਰ ਸਾਹਿਬ ਵੀ ਆਏ ਸੀ ਇਸ ਤੋਂ ਪਹਿਲਾਂ ਪ੍ਰੋਗਰਾਮ 'ਚ, ਤੁਸੀਂ ਵੀ ਆਏ ਸੀਗੇ। ਚਲੋ ਇੱਥੇ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ, ਸਾਨੂੰ ਤੁਸੀਂ ਮੌਕਾ ਦਿੱਤਾ ਕਿ ਤੁਹਾਡੇ ਦਰਸ਼ਨ ਦੁਆਰ ਫਿਰ ਹੋ ਸਕੇ। ਨਾ ਨਾ, ਬੜੀ ਵਧੀਆ ਗੱਲ ਹੈ। ਪੰਜਾਬੀ ਸਾਹਿਤ ਸਭਾ ਕਿਵੇਂ ਚੱਲਦੀ ਤੁਹਾਡੀ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ? ਹਾਂਜੀ ਜਗਤਾਰ ਜੱਗੀ ਜੀ, ਪਹਿਲਾਂ ਤੁਹਾਨੂੰ ਵੀ ਤੇ ਤੁਹਾਡੇ ਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ। ਤੇ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਇੱਕ ਐਸਾ ਮੰਚ ਆ ਜੀ, ਜਿਹਦਾ ਬੂਟਾ ਸਰਦਾਰ ਮਹਿੰਦਰ ਸਿੰਘ ਘੱਗ ਜੀ ਨੇ 1983 ਵਿੱਚ ਲਗਾਇਆ ਸੀ ਨਾਲ ਆਪਣੇ ਹੋਰ ਸਹਿਯੋਗੀਆਂ ਦੇ ਰਲ ਕੇ ਜੀ। ਤੇ ਜੱਗੀ ਜੀ, ਤੁਸੀਂ ਸੋਚੋਗੇ ਕਿ ਬਹੁਤ ਵਧੀਆ, ਕੈਲੀਫੋਰਨੀਆ ਦੇ ਵਿੱਚ ਤਕਰੀਬਨ ਪ੍ਰਿਜਨੋ ਬੇ ਏਰੀਆ ਸਾਰੇ ਸਟਕਟਨ, ਜੂਬਾ ਸਿਟੀ, ਲਾਈਵ ਓਕ, ਸੈਕਰਾਮੈਂਟੋ ਏਰੀਆ, ਸੋ ਬਹੁਤ ਵਧੀਆ ਜੀ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਤਕਰੀਬਨ ਸਾਰੇ ਸਾਹਿਤਕਾਰ ਰਲ ਮਿਲ ਕੇ। ਤੁਸੀਂ ਸੋਚੋਗੇ ਕਿ ਸਾਡੇ ਦਰਸ਼ਕਾਂ ਨੂੰ ਕੁਛ ਕੀ ਸੁਣਾਉਣਾ ਚਾਹੋਗੇ ਤੁਸੀਂ? ਬਹੁਤ ਵਧੀਆ ਕਲਮ ਬਖਸ਼ੀ ਤੁਹਾਨੂੰ ਵੀ ਪਰਮਾਤਮਾ ਨੇ, ਬਹੁਤ ਬਹੁਤ ਸ਼ੁਕਰੀਆ ਜੱਗੀ ਜੀ। ਤੇ ਆਪਾਂ ਪਰਸੋਂ ਇਕੱਠੇ ਸੀਗੇ ਜੋ ਵਿਸ਼ਵ ਅਰਦਾਸ ਕਰ ਸਕਦਾ ਕਿ ਗੁਰੂ ਨਾਨਕ ਜੀ ਇੱਕੋ ਅਰਦਾਸ ਨਿਮਾਣੇ ਦੀ, ਕਿਰਪਾ ਕਰਕੇ ਬਖਸ਼ੋ ਦਾਤ ਬਾਣੀ ਤੇ ਬਾਣੇ ਦੀ, ਪੜ ਸੁਣ ਕੇ ਗੁਰਬਾਣੀ ਭਾਵ ਜਲ ਤਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਦੇ ਚਰਨਾ ਤੇ ਸਿਰ ਤਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਦੇ ਚਰਨਾ ਤੇ ਸਿਰ ਤਰਨਾ ਆ ਜਾਵੇ, ਇੱਕੋ ਕਰਤਾ ਆਪੇ ਹਰ ਇੱਕ ਵਿੱਚ ਸਮਾਇਆ ਜੋ, ਇੱਕੋ ਪੁਰਖ ਅਕਾਲ ਦਾ ਸੱਚਾ ਨਾਮ ਜਪਾਇਆ ਜੋ, ਸਾਸ ਸਾਸ ਸਤਨਾਮ ਦਾ ਸਿਮਰਨ ਕਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਦੇ ਚਰਨਾ ਤੇ ਸਿਰ ਧਰਨਾ ਆ ਜਾਵੇ, ਸੰਗ ਬਾਣੀ ਮੇਰੀ ਮੁਕਤੀ ਹੋ ਜਾਏ ਪੰਜਾਂ ਚੋਰਾਂ ਤੋਂ, ਜਿੰਦ ਦੀ ਗੁੱਡੀ ਛੁੱਟੇ ਨਾ ਤੁਹਾਡੇ ਹੱਥ ਦੀਆਂ ਡੋਰਾਂ ਤੋਂ ਜੀ, ਨਾਮ ਖੁਮਾਰੀ ਨਾਮ ਖੁਮਾਰੀ ਸੰਗ ਉਡਾਰੀਆਂ ਭਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਤੇ ਚਰਨਾ ਤੇ ਸਿਰ ਧਰਨਾ ਆ ਜਾਵੇ, ਦਾਤ ਕਿਰਤ ਦੀ ਦੇਣਾ ਤੇ ਪੁੰਨ ਦਾਨ ਕਰਾਉਣਾ ਜੀ, ਸਤਿਗੁਰੇ ਆਪਣੇ ਸਿੱਖਾਂ ਦੀ ਮੈਨੂੰ ਧੂੜ ਬਣਾਉਣਾ ਜੀ, ਮੰਦੇ ਕੰਮੋ ਖਾਬਾਂ ਵਿੱਚ ਵੀ ਡਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਸਿਰ ਧਰਨਾ ਆ ਜਾਵੇ ਜੀ ਜੀ, ਮੇਰੇ ਛੁੱਟਣ ਰਸ ਦੁਨੀਆ ਵੀ ਭੁੱਖਾਂ ਲੱਗਣ ਪ੍ਰੀਤ ਦੀਆਂ, ਛੁੱਟਣ ਰਸ ਦੁਨੀਆ ਵੀ ਭੁੱਖਾਂ ਲੱਗਣ ਪ੍ਰੀਤ ਦੀਆਂ, ਘਰ ਗੁਰੂ ਨਾਨਕ ਪੂਰੀਆਂ ਆਸਾਂ ਇੰਦਰਜੀਤ ਦੀਆਂ, ਮੈਂ ਮੂਰਖ ਨੂੰ ਪਰਮ ਧਰਮ ਲਈ ਮਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਦੇ ਚਰਨਾ ਤੇ ਸਿਰ ਧਰਨਾ ਆ ਜਾਵੇ, ਮੈਨੂੰ ਗੁਰੂ ਨਾਨਕ ਦੇ ਚਰਨਾ ਤੇ ਸਿਰ ਧਰਨਾ ਆ ਜਾਵੇ ਜੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਜਗਤਾਰ ਜੱਗੀ ਜੀ। ਜੀ ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਜੀ। ਗੁਰਦੀਪ ਸਿੰਘ ਸੰਦਰ ਓਕਲਾਹੋਮਾ ਟਲਸਾ ਸ਼ਹਿਰ ਤੋਂ ਬੋਲਦਾ ਜੀ। ਜੀ ਸੰਦਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ? ਮੈਂ ਤੁਸੀਂ ਸਾਰਾ ਕੁਛ ਕਹਿ ਹੀ ਚੁੱਕੇ ਹਾਂ ਅੰਮ੍ਰਿਤਾ ਪ੍ਰੀਤਮ ਜੀ ਬਾਰੇ, ਤੇ ਬਾਕੀ ਮੇਰੀ ਕਰਤਾ ਦੋ ਪੈਰੇ ਰਹਿ ਗਏ ਆ ਮਾਂ ਦੇ ਬਾਰੇ ਮੈਂ ਸ਼ੁਰੂ ਕੀਤੇ ਸੀ, ਅੱਜ ਕਰਨਾ ਚਾਹੁੰਦਾ। ਜ਼ਰੂਰ ਜ਼ਰੂਰ। ਓਕੇ ਜੀ। ਸੱਚ ਹੀ ਕਹਿੰਦੀ ਸੀ ਮੇਰੀ ਮਾਂ, ਬੱਚੇ ਤੈਨੂੰ ਆਪਣੀ ਤਕਦੀਰ ਖੁਦ ਹੀ ਲਿਖਣੀ ਪਵੇਗੀ ਜੀ, ਇਹ ਕੋਈ ਚਿੱਠੀ ਨਹੀਂ ਜੋ ਦੂਸਰਿਆਂ ਤੋਂ ਲਿਖਵਾ ਲਵੇਗਾ। ਕੀ ਬਾਤ ਹੈ। ਜੇ ਮਿਹਨਤ ਸੱਚ ਵਕਤ ਤੇ ਇਨਸਾਨੀਅਤ ਦਾ ਪੱਲਾ ਛੱਡਿਆ ਤਾਂ ਆਪਣਾ ਸਭ ਕੁਝ ਗਵਾ ਲਵੇਗਾ ਜੀ,
ਮੁੜ ਆ ਜਾ ਕਿਤਿਓ ਮੇਰੀਏ ਅਮੀਏ ਬੁਲਾਵੇ ਤੈਨੂੰ ਤੇਰਾ ਪੁੱਤ ਗੁਰਦੀਪ ਹਰ ਰੋਜ਼। ਜਦੋਂ ਰੋਂਦਾ ਸੀ ਮੈਂ ਬਚਪਨ ਦੇ ਵਿੱਚ ਤਾਂ ਤੂੰ ਬਣਾ ਆਟੇ ਦੀ ਚਿੜੀ ਮੈਨੂੰ ਚੁੱਪ ਕਰਾਉਣ ਦੇ ਲਈ ਮੇਰੇ ਹੱਥਾਂ ਵਿੱਚ ਆਂਦੀ ਹੁੰਦੀ ਸੀ। ਅੱਜ ਨੀ ਕੋਈ ਰੋਂਦੇ ਨੂੰ ਚੁੱਪ ਕਰਾਉਂਦਾ, ਨਾ ਕੋਈ ਬਹਿੰਦਾ ਕੋਲ, ਨਾ ਕੋਈ ਤੇਰੇ ਵਾਂਗੂ ਲਾਡ ਲੜਾਉਂਦਾ। ਮੇਰੀਆਂ ਗਲਤੀਆਂ ਨੂੰ ਨਾ ਕਰੇ ਕੋਈ ਇਗਨੋਰ, ਮੁੜ ਆ ਜਾ ਕਿਤਿਓ ਮੇਰੀਏ ਅੰਮੀਏ ਯਾਦ ਕਰੇ ਤੈਨੂੰ ਤੇਰਾ ਪੁੱਤ ਹਰ ਰੋਜ਼, ਯਾਦ ਤੈਨੂੰ ਤੇਰਾ ਪੁੱਤ ਹਰ ਰੋਜ਼। ਬਿਲਕੁਲ ਜੀ ਸੁੰਦਰ ਸਾਹਿਬ, ਪਰ ਮੈਂ ਆਪ ਹੀ ਲਿਖ ਕੇ ਆਪ ਹੀ ਖੁਸ਼ ਹੁੰਦਾ ਰਹਿੰਦਾ, ਏਦਾਂ ਮਾੜਾ ਮੋਟਾ ਸੁਣਾ ਲੈਣਾ। ਪਰ ਮੈਂ ਆਪਣਾ ਹੀ ਲਿਖਿਆ ਇਸ ਲਈ ਸੁਣਾਉਣਾ ਕਿ ਮੈਂ ਮੇਰੀ ਫਿਰ ਉਹਦੇ ਨਾਲ ਕਲਮ ਜਿਹੜੀ ਉਹ ਚੱਲਦੀ ਰਹਿੰਦੀ ਆ। ਨਹੀਂ ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ। ਜਿੱਦਾਂ ਨਾ ਜੀ, ਜੇ ਨਲਕੇ ਨੂੰ ਪਾਣੀ, ਨਲਕਾ ਗੇਟ ਨੂੰ ਹਟ ਜੇ ਤੇ ਪਾਣੀ ਛੱਡ ਜਾਂਦਾ, ਫਿਰ ਉਹਦੇ 'ਚ ਪਾਣੀ ਪਾ ਕੇ ਪਾਓ ਤਾਂ ਫਿਰ ਪਾਣੀ ਚੱਕਦਾ। ਵੀ ਸਾਡੀ ਹੁਣ ਕੋਸ਼ਿਸ਼ ਇਹੀ ਹੁੰਦੀ ਵੀ ਜਿਹੜੇ ਨਲਕੇ ਹੈਗੇ ਨੇ, ਜਿਨ੍ਹਾਂ ਨੂੰ ਸ਼ੌਕ ਹੈ, ਜਿਨ੍ਹਾਂ ਨੂੰ ਪਰਮਾਤਮਾ ਦੀ ਬਖਸ਼ਿਸ਼ ਹੈ, ਕਲਾ ਹੈਗੀ ਆ। ਸ਼ੌਂਕ ਦੀ ਤਾਂ ਗੱਲ ਦੱਸੋ ਛੱਡੋ, ਜੱਗੀ ਸਾਹਿਬ ਤੁਹਾਡਾ ਹੁਨਰ ਇੱਥੇ ਨਜ਼ਰ ਆ ਗਿਆ ਤੁਹਾਨੂੰ ਨਾ, ਗੱਲ ਬਣਾਉਣ ਦਾ ਤਰੀਕਾ ਬੜਾ। ਮਿਹਰਬਾਨੀ, ਤੁਹਾਡੀ ਕਮੇਡੀ ਵਿੱਚੋਂ ਝਲਕਦਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਕੀਤਾ ਨਾ ਉਹਦੇ ਜੋ ਆਪਣੇ ਆਪ ਹੀ ਤੁਹਾਡੇ ਆਪ ਮੁਹਾਰੇ ਨਿਕਲ ਜਾਂਦਾ ਉਹ ਗੱਲਾਂ ਜਿਹੜੇ ਨਲਕੇ ਪਾਣੀ ਛੱਡ ਗਏ ਆ, ਉਹਨਾਂ ਨਲਕਿਆਂ ਥੋੜੇ ਥੋੜੇ ਪਾਣੀ ਪਾਈਏ ਤੇ ਪਾਣੀ ਦੁਬਾਰਾ ਚੱਕ ਲੈਂਦੇ ਨਲਕੇ। ਕਹਿਣ ਤੋਂ ਭਾਵ ਜਿਹੜੇ ਕੰਮਾਂ ਕਾਰਾਂ ਦੇ ਵਿੱਚ ਸ਼ੌਕ ਹੈਗੇ ਸੀ, ਲਿਖਣ ਦੀ ਕਲਾ, ਗਾਉਣ ਦੀ ਕਲਾ, ਕੁਛ ਸੁਣਾਉਣ ਦੀ ਕਲਾ, ਉਹ ਕੰਮਾਂ ਕਾਰਾਂ ਦੇ ਵਿੱਚ ਉਲਝ ਕੇ ਰਹਿ ਗਈ ਹੈ ਜਾਂ ਦੱਬ ਕੇ ਰਹਿ ਗਈ ਆ, ਫਿਰ ਅੱਜ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਮੰਚ ਦੇ ਉੱਤੇ ਜਸ ਪੰਜਾਬੀ ਦੇ ਜ਼ਰੀਏ ਅਸੀਂ ਉਹ ਤੁਹਾਡੀ ਕਲਾ ਜਿਹੜੀ ਹੈਗੀ ਛਿਪੀ ਹੋਈ, ਉਹ ਲੱਖਾਂ ਪੰਜਾਬੀ ਜਿਹੜੇ ਪ੍ਰੋਗਰਾਮ ਦੇਖਦੇ ਨੇ ਉਹਨਾਂ ਦੇ ਸਾਹਮਣੇ ਆਵੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਜਾਈਨੂੰ ਜਲਵੇ ਜੱਗੀ ਦੇ ਲੈ ਕੇ ਗੱਲਬਾਤ। ਆਪਾਂ ਵੈਸੇ ਨਾਲ ਨਾਲ ਅਮਰਦਾ ਪ੍ਰੀਤਮ ਦੀ ਕਰ ਰਹੇ ਸੀ, ਨਾਲ ਨਾਲ ਗੱਲਬਾਤ ਦਾ ਅੱਜ ਵਿਸ਼ਾ ਜਿਹੜਾ ਉਹ ਖੁੱਲ੍ਹਾ ਹੀ ਹੁੰਦਾ, ਕੁਛ ਵੀ ਸੁਣ ਸੁਣਾ ਸਕਦੇ ਹਾਂ। ਸੋ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਅਤੇ ਜਾਣਦੇ ਹਾਂ ਤੁਹਾਡੇ ਵਿਚਾਰ। ਹੈਲੋ, ਹੈਲੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਅੱਜ ਜੱਗੀ ਦੇ ਅੱਛਾ ਮਾਸੀ ਇੱਕ ਮਿੰਟ, ਇਹ ਲੋਕ ਬੋਲੀ ਵਿਆਹਾਂ ਦੇ ਵਿੱਚ ਵੀ ਪਾਈ ਜਾਂਦੀ ਸੀ, ਲੇਡੀ ਜਦੋਂ ਗਿੱਧਾ ਵਗੈਰਾ ਪਾਉਂਦੀਆਂ ਸੀ ਉਹਦੀ ਤਰਜ ਜਿਹੜੀ ਉਹ ਬਕਾਇਦਾ ਦੱਸਦੀ ਅਮਰਤਾ ਪ੍ਰੀਤਮ ਸੀ ਉਹਦੇ ਵੀ ਮੇਰੇ ਲੇਖ ਬਣੇ ਹੋਏ ਆ। ਅੱਛਾ ਅੱਛਾ, ਤੇ ਜਿਹੜੀ ਜਿਹੜੀ ਇੱਕ ਦਲੀਲ ਘੁੱਟ ਵਾਲਾ ਸੀ ਉਹਦਾ ਵੀ ਹੈ। ਅੱਛਾ, ਤੇ ਬਸ ਇੰਨਾ ਹੀ ਗੱਲ ਕਰੂੰਗੀ ਬੇਟਾ, ਤੁਸੀਂ ਬਹੁਤ ਵਧੀਆ ਮੁੱਦਾ ਲਿਆਂਦਾ ਤੇ ਉਹਦੇ ਸਾਰਾ ਦੇਖਿਆ ਸੀਗਾ। ਤੁਹਾਨੂੰ ਵੀ ਕਿਤਾਬਾਂ ਕਤੂਬਾਂ ਪੜ੍ਹਨ ਦਾ ਸ਼ੌਕ ਹੈਗਾ, ਕਿਤਾਬਾਂ ਵਗੈਰਾ ਪੜ੍ਹਨ ਦਾ ਸ਼ੌਕ ਹੈਗਾ ਇਹਦਾ ਮਤਲਬ? ਹਾਂਜੀ, ਹੁਣ ਟਾਈਮ ਹੈਗਾ ਘੱਟ ਤੇ ਹੋਰ ਵੀ ਕਿਸੇ ਦੀ ਕਦੀ ਕਾਲ ਲਿਆਉਣੀ ਬੇਟਾ, ਬੜਾ ਬੜਾ ਪਿਆਰ ਹੋ ਕੇ ਬਾਏ, ਥੈਂਕ ਯੂ। ਚਲੋ ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਔਰ ਵੈਸੇ ਗੱਲ ਕਰੀਏ, ਅਗਰ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਸਾਰੇ ਯਾਦ ਕਰਦੇ ਨੇ ਜਿੱਥੇ ਵੀ ਜਾਈਦਾ, ਸਾਰੇ ਕਾਦਰਾਂ ਨੂੰ ਯਾਦ ਕਰਦੇ ਨੇ, ਸਾਰੇ ਸਾਰੇ ਜ਼ਿਕਰ ਕਰਦੇ ਨੇ, ਬਕਾਇਦਾ ਪੁੱਛਦੇ ਨੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹੈਲੋ, ਕਾਲ ਤੁਹਾਡੀ ਲਾਈਵ ਲੱਗੀ ਹੈ ਜੀ, ਕੱਟ ਗਈ ਕਾਲ, ਤੁਹਾਡੀ ਦੁਬਾਰਾ ਕਾਲ ਕਰ ਸਕਦੇ ਹੋ। ਕਈ ਵਾਰੀ ਕਨਫਿਊਜ਼ਨ ਹੋ ਜਾਂਦਾ ਕਿ ਟੀਵੀ 'ਤੇ ਆਵਾਜ਼ ਜਿਹੜੀ ਆ ਕੁਝ ਸਮਾਂ ਲੇਟ ਆਉਂਦੀ ਹੈ ਅਤੇ ਇਉਂ ਲੱਗਦਾ ਕਿ ਸਾਡੀ ਆਵਾਜ਼ ਕਿਤੇ ਹੋਰ ਜਾ ਰਹੀ ਹੈ ਜਾਂ ਸਾਡੀ ਕਾਲ ਲੱਗੀ ਨਹੀਂ ਹੈਗੀ। ਮੈਂ ਗੱਲ ਕਰਦਾ ਸੀ ਸਾਡੇ ਜਿੰਨੇ ਵੀ ਕਾਲਰ ਨੇ, ਜਿੰਨੇ ਵੀ ਤੁਸੀਂ ਪ੍ਰੋਗਰਾਮ ਦੇਖਦੇ ਹੋ, ਤਿੰਨ ਤਰ੍ਹਾਂ ਦੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ। ਇੱਕ ਤਾਂ ਜਿਨ੍ਹਾਂ ਨੇ ਪ੍ਰੋਗਰਾਮ ਦੇਖਣਾ, ਕਾਲ ਨਹੀਂ ਕਰਦੇ, ਸਿਰਫ ਪ੍ਰੋਗਰਾਮ ਦੇਖਦੇ ਨੇ, ਕਿਉਂਕਿ ਅਸੀਂ ਜਦੋਂ ਵਿਚਰਦੇ ਹਾਂ ਪੂਰੇ ਅਮੈਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕਿਤੇ ਵੀ ਜਾਂਦੇ ਹਾਂ, ਫਿਰ ਸਾਨੂੰ ਸਾਰੀ ਫੀਡਬੈਕ ਮਿਲਦੀ ਹੈ, ਬਹੁਤ ਸਾਰੇ ਲੋਕ ਉਹ ਮਿਲਦੇ ਨੇ ਕਿ ਅਸੀਂ ਤੁਹਾਡਾ ਪ੍ਰੋਗਰਾਮ ਦੇਖੀਦਾ, ਸਾਰਾ ਦੇਖੀਦਾ, ਪਰ ਅਸੀਂ ਕਦੇ ਕਾਲ ਨਹੀਂ ਕੀਤੀ। ਬਹੁਤ ਸਾਰੇ ਦਰਸ਼ਕ ਜਿਹੜੇ ਹੈਗੇ ਨੇ ਪ੍ਰੋਗਰਾਮ ਵੀ ਦੇਖਦੇ ਨੇ, ਕਾਲ ਵੀ ਕਰਦੇ ਨੇ। ਖਾਸ ਤੌਰ 'ਤੇ ਕਾਲ ਕਰਨ ਵਾਲਿਆਂ ਦਾ ਧੰਨਵਾਦ ਇਸ ਕਰਕੇ ਬਣਦਾ ਕਿਉਂਕਿ ਇਹ ਮਤਲਬ ਖੁੱਲ੍ਹੇ ਖੁੱਲ੍ਹਾ ਟਾਈਮ ਚਾਹੀਦਾ ਕਾਲ ਕਰਨੀ, ਅਗਰ ਕਿਸੇ ਵੀ ਚੈਨਲ 'ਤੇ, ਸਾਡੇ ਚੈਨਲ 'ਤੇ ਕਿਸੇ ਪ੍ਰੋਗਰਾਮ ਦੇ ਵਿੱਚ।
ਤਾਂ ਉਹਦੇ ਵਾਸਤੇ ਟਾਈਮ ਜਿਹੜਾ ਉਹ ਖੁੱਲ੍ਹਾ ਚਾਹੀਦਾ, ਕਿਉਂਕਿ ਉਦੋਂ ਪਹਿਲਾਂ ਜਿਹੜੀ ਕਾਲ ਮਿਲਦੀ ਹੈ, ਫਿਰ ਮਿਲਣ ਨੂੰ ਪਹਿਲਾਂ ਟਾਈਮ ਲੱਗਦਾ, ਫਿਰ ਉਸ ਤੋਂ ਬਾਅਦ ਗੱਲ ਕਰੀਏ ਤਾਂ ਹੋਲਡ ਕਿੰਨੀ ਕਿੰਨੀ ਦੇਰ ਕਾਲ ਰੱਖਣੀ ਪੈਂਦੀ ਹੈ, ਔਰ ਇੱਥੇ ਦੇ ਫੋਨ ਦੇ ਵਿੱਚ ਕਈ ਵਾਰੀ ਹੋਲਡ ਹੁੰਦੀ ਨਹੀਂ, ਕਾਲ ਚਲਦੀ ਕਾਲ ਦੇ ਵਿੱਚ ਕਾਲ ਹੋਲਡ ਨਹੀਂ ਹੁੰਦੀ, ਇੱਥੇ ਸਿਸਟਮ ਥੋੜ੍ਹਾ ਜਿਹਾ ਨਿਊਯਾਰਕ ਨੂੰ ਵੱਖਰਾ, ਪਰ ਫਿਰ ਵੀ ਜਿੰਨੇ ਵੀ ਕਾਲਰ ਸਾਡੇ ਕਾਲ ਕਰਦੇ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਕੋਈ ਸੌਖਾ ਕੰਮ ਨਹੀਂ ਹੈ ਕਾਲ ਕਰਨਾ, ਅਤੇ ਬਾਕੀ ਸੁਣਨ ਸੁਣਾਉਣ ਦੀ ਜੇ ਗੱਲ ਕਰੀਏ ਤਾਂ ਐਂ ਜੇ ਇੱਥੇ ਟੀ ਵੀ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਕਿਸੇ ਨੂੰ ਕਹੀਏ ਵੀ ਸੁਣਾ ਦੇ, ਤਾਂ ਕਈ ਵਾਰੀ ਬੰਦਾ ਸੰਗ ਜਾਂਦਾ ਕੈਮਰੇ ਸਾਹਮਣੇ ਸੰਗ ਜਾਂਦਾ ਜਾਂ ਆਲੇ ਦੁਆਲੇ ਦੇਖਦਾ ਸੰਗ ਜਾਂਦਾ, ਪਰ ਜੇ ਅਸੀਂ ਗੱਲ ਕਰਦੇ ਟੈਲੀਫੋਨ ਦੀ, ਟੈਲੀਫੋਨ 'ਤੇ ਫਿਰ ਤੁਹਾਡੀ ਆਵਾਜ਼ ਆਉਂਦੀ, ਸਾਡੀ ਸ਼ਕਲ ਨਹੀਂ ਆਉਂਦੀ, ਤਾਂ ਉੱਥੇ ਸੰਗ ਸ਼ਰਮ ਜਿਹੜੀ ਹੈ ਥੋੜ੍ਹੀ ਜਿਹੀ ਘੱਟ ਜਾਂਦੀ ਹੈ। ਪਰ ਫਿਰ ਵੀ ਜਿੰਨੇ ਕੁ ਸਾਡੇ ਜਿੰਨੇ ਵੀ ਕਾਲਰ ਹੈਗੇ ਨੇ ਜਾਂ ਜਿੰਨੇ ਕੁ ਸਾਡੇ ਦਰਸ਼ਕ ਹੈਗੇ ਨੇ ਦੇਖਦੇ ਪ੍ਰੋਗਰਾਮ, ਜਦੋਂ ਵੀ ਲੱਖਾਂ ਦਰਸ਼ਕ ਦੇਖਦੇ ਨੇ ਸ਼ਾਮ ਦੇ ਪ੍ਰੋਗਰਾਮ ਸਾਡੇ ਸਾਰੇ ਖਬਰਾਂ ਤੋਂ ਬਾਅਦ ਦੀ ਗੱਲ ਕਰੀਏ, ਅਤੇ ਉਹ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ। ਹੁਣ ਅਸੀਂ ਇਹ ਵਾਸ਼ਿੰਗਟਨ 'ਚ ਜਾ ਕੇ ਆਏ, ਸਿਆਟਲ ਵੀ ਗਿਆ ਸੀ ਮੈਂ, ਸਿਆਟਲ ਤੋਂ ਬਾਅਦ ਫਿਰ ਉਹ ਬੈਲੀਮੰਗਮ ਜਿੱਥੇ ਬੈਲ ਹੈਗਾ ਸ਼ਹਿਰ, ਉੱਥੇ ਵੀ ਗਏ ਸੀ, ਉੱਥੇ ਬਹੁਤ ਸਾਰੇ ਪੰਜਾਬੀ ਮਿਲੇ। ਔਰ ਜਿੱਥੇ ਵੀ ਜਾਈਏ ਇਕੱਲੇ ਇਕੱਲੇ ਕਾਲਰ ਦਾ ਜ਼ਿਕਰ ਕਰਕੇ, ਸਾਡੇ ਦਰਸ਼ਕ ਜਿਹੜੇ ਹੈਗੇ ਨੇ ਕਾਲ ਨਹੀਂ ਕਰਦੇ, ਉਹ ਇਕੱਲੇ ਇਕੱਲੇ ਕਾਲਰ ਦਾ ਜ਼ਿਕਰ ਕਰਕੇ ਅਤੇ ਫਿਰ ਗੱਲ ਕਰਦੇ ਨੇ। ਫਿਰ ਬਹੁਤ ਸਾਰੇ ਕੱਲ੍ਹ ਵੀ ਜਿਵੇਂ ਪਰਸੋਂ ਉੱਥੇ ਗਏ ਕਿਸੇ ਦੇ ਘਰੇ ਅਤੇ ਮਾਤਾਵਾਂ ਮਿਲੀਆਂ, ਅਤੇ ਉਹਨਾਂ ਨੇ ਵੀ ਜ਼ਿਕਰ ਕਰਕੇ ਮੁੜ ਕੇ ਕਈ ਫਿਰ ਗੱਲਾਂ ਸੁਣਾਉਂਦੇ ਨੇ, ਫਲਾਣੇ ਕਾਲਰ ਨੇ ਤੁਹਾਨੂੰ ਇਹ ਕਿਹਾ ਸੀ, ਤੁਸੀਂ ਅੱਗੇ ਇਹ ਕਿਹਾ ਸੀਗਾ, ਔਰ ਕਈ ਗੱਲਾਂ ਮੈਨੂੰ ਵੀ ਯਾਦ ਨਹੀਂ ਹੈ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਯਾਦ ਨੇ। ਸੋ ਕਾਲ ਤੁਹਾਡੀ ਆ ਗਈ ਲੈਣੇ। ਹੈਲੋ ਜੀ, ਟੀ ਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ। ਸਤਿ ਸ਼੍ਰੀ ਅਕਾਲ। ਹੈਲੋ, ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ ਜੀ, ਮਨਜੀਤ ਜੀ। ਹੈਲੋ, ਟੀ ਵੀ ਦੀ ਆਵਾਜ਼ ਘੱਟ ਕਰੋ ਜੀ, ਟੀ ਵੀ ਦੀ। ਟੀ ਵੀ ਦੀ ਆਵਾਜ਼ ਨਹੀਂ ਘੱਟ ਕੀਤੀ। ਸੋ ਬੇਨਤੀ ਜਿਹੜੀ ਅਕਸਰ ਕਰੀਦੀ, ਵੈਸੇ ਤਾਂ ਜਦੋਂ ਅਸੀਂ ਕਾਲ ਲਾਉਂਦੇ ਹਾਂ ਤਾਂ ਪਹਿਲਾਂ ਹੀ ਉਹ ਪ੍ਰਵਚਨ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹ ਜ਼ਿਕਰ ਕਰਦੇ ਨੇ, ਪਰ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਟੀ ਵੀ ਦੀ ਵੋਲੀਊਮ ਘੱਟ ਕਰਕੇ ਅੰਗਰੇਜ਼ੀ। ਸੋ ਫਿਰ ਵੀ ਜਦੋਂ ਅਸੀਂ ਬੇਨਤੀ ਵੀ ਕਰੀਦੀ ਹੈ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ, ਜਦੋਂ ਕੋਈ ਕਾਲ ਕਰਨੀ ਹੈ ਤਾਂ ਉਹਦੇ ਵਾਸਤੇ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਕਿ ਟੀ ਵੀ ਦੀ ਆਵਾਜ਼ ਜਿਹੜੀ ਇਹ ਘੱਟ ਕਰਨੀ ਪੈਣੀ ਆ, ਨੰਬਰ 2 ਤਾਂ ਟੀ ਵੀ ਵੱਲ ਧਿਆਨ ਨਹੀਂ ਦੇਣਾ ਪੈਣਾ। ਜਦੋਂ ਤੁਹਾਨੂੰ ਹੈਰੋ ਆ ਗਈ ਇੱਧਰੋਂ ਤਾਂ ਇਹਦਾ ਮਤਲਬ ਤੁਹਾਡੀ ਕਾਲ ਜਿਹੜੀ ਔਨ ਏਅਰ ਹੋ ਗਈ ਹੈ, ਅਤੇ ਮੁੜ ਕੇ ਤੁਸੀਂ ਫੋਨ ਵੱਲ ਹੀ ਧਿਆਨ ਦੇਣਾ। ਅਤੇ ਟੀ ਵੀ ਦੀ ਆਵਾਜ਼ ਦੇ ਨਾਲ ਕਈ ਵਾਰੀ ਜਦੋਂ ਆਵਾਜ਼ ਮਿਲਾਉਂਦੇ ਹਾਂ ਅਤੇ ਨਾ ਸੁਣਨ ਦਾ ਗੱਲ ਮਜ਼ਾ ਆਉਂਦਾ ਅਤੇ ਨਾ ਗੱਲ ਕਰਨ ਦਾ ਹੀ ਮੁੜ ਕੇ ਮਜ਼ਾ ਆਉਂਦਾ, ਫਿਰ ਕਈ ਸਾਡੇ ਦਰਸ਼ਕ ਉਗਲਾ ਕਰਦੇ ਵੀ ਇਹ ਜਿਹੜਾ ਸਾਡੀ ਕਾਲ ਲੱਗੀ ਨਹੀਂ ਜਾਂ ਲਈ ਨਹੀਂ। ਖੈਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਸੋ ਇੱਕ ਵਾਰ ਫਿਰ ਸਭ ਦਾ ਧੰਨਵਾਦ ਕਰਦੇ ਹਾਂ, ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ, ਪ੍ਰੋਗਰਾਮ ਦਾ ਆਖਰੀ ਹਿੱਸਾ, ਫਟਾਫਟ ਤੁਹਾਡੀਆਂ ਕਾਲਾਂ ਵੱਲ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਰਦਾਰ ਮਨਜੀਤ ਸਿੰਘ ਜੀ, ਕੀ ਹਾਲ ਚਾਲ ਨੇ? ਠੀਕ ਹੈ, ਤੁਸੀਂ ਸੁਣਾਓ? ਬਸ ਜੀ, ਆਸ਼ੀਰਵਾਦ ਤੁਹਾਡਾ ਜੀ, ਕਿਰਪਾ ਪਰਮਾਤਮਾ ਦੀ, ਬੱਲੇ ਬੱਲੇ ਆ। ਪਹਿਲਾਂ ਬਾਬਾ ਨਾਨਕ ਜੀ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਜੀ। ਬਿਲਕੁਲ ਜੀ, ਬਿਲਕੁਲ, ਉਹ ਵੀ ਮਨਾਇਆ ਜਾ ਰਿਹਾ 550ਵਾਂ ਪ੍ਰਕਾਸ਼ ਉਤਸਵ, ਅਤੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਜੀ ਜਿਹੜਾ ਉਹ ਪਰਸੋਂ ਉਹ ਸੀਗਾ, ਔਰ ਬਹੁਤ ਵਧੀਆ ਗੱਲ ਹੈ ਜੀ, ਚੰਗੇ ਉਪਰਾਲੇ ਹੋ ਰਹੇ ਨੇ ਜੀ ਥਾਂ ਥਾਂ 'ਤੇ, ਬਸ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਅਤੇ ਥੋੜ੍ਹਾ ਜਿਹਾ ਰਾਜਨੀਤੀ ਤੋਂ ਦੂਰ ਰੱਖਣ ਦੀ ਲੋੜ ਹੈ, ਬਾਕੀ ਠੀਕ ਹੈ। ਹਾਂਜੀ 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 ਜੀ, ਕੰਮ ਜ਼ਰੂਰੀ ਹੈ ਕੰਮ। ਗੁਰੂ ਨਾਨਕ ਦੇਵ ਜੀ ਵੀ ਪਹਿਲਾਂ ਉਹਨਾਂ ਨੇ ਕਿਰਤ ਕਰੋ ਹੀ ਕਿਹਾ ਸੀ, ਕਿਰਤ ਦਾ ਮਤਲਬ ਕਿਰਤ ਤੋਂ ਬਿਨਾਂ ਕੁਛ ਨਹੀਂ ਹੈਗਾ। ਸੋ ਬਾਕੀ ਸਾਰਾ ਕੁਛ ਵੀ ਜ਼ਰੂਰੀ ਹੈ, ਪਰ ਕਿਰਤ ਜ਼ਰੂਰੀ ਸਭ ਤੋਂ ਪਹਿਲਾਂ। ਚਲੋ ਮਿਹਰਬਾਨੀ ਜੀ, ਮਿਹਰਬਾਨੀ ਕਰੋ, ਇੰਜੋਏ ਕਰੋ ਆਰਾਮ ਪਰ ਟਾਈਮ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ, ਸਮਾਂ ਬਹੁਤ ਥੋੜ੍ਹਾ ਅੱਗੇ ਬਚਿਆ। ਹੈਲੋ, ਹੈਲੋ, ਜਿਸ ਕਾ ਡਰ ਥਾ ਬੇਦਰਦੀ ਵਹੀ ਬਾਤ ਹੋ ਗਈ।
ਸੋ ਇਹੀ ਮੈਨੂੰ ਡਰ ਹੁੰਦਾ ਵੀ ਕਾਲ ਬੜੀ ਦੇਰ ਦੀ, ਕਈ ਵਾਰੀ ਹੋਲਡ ਹੁੰਦੀ ਅਤੇ ਮੁੜ ਕੇ ਜਦੋਂ ਕੱਟਣੀ ਪੈਂਦੀ ਬੜਾ ਔਖਾ ਲੱਗਦਾ। ਚਲੋ ਖੈਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਕਾਲ ਇੱਕ ਵਾਰੀ ਫਿਰ ਦੁਬਾਰਾ ਦੇਖ ਲੈਂਦੇ ਇਹਨਾਂ ਦੀ ਗੱਲ। ਹੈਲੋ ਹੈਲੋ, ਇਹ ਮੈਨੂੰ ਲੱਗਦਾ ਜਿਵੇਂ ਗਲਤੀ ਨਾਲ ਨਹੀਂ ਲੱਗ ਜਾਂਦੀ ਹੁੰਦੀ ਕਾਲ, ਅਤੇ ਔਰ ਜੇ ਮੈਂ ਹੁਣ ਥੋੜ੍ਹੀ ਦੇਰ ਹੋਰ ਹੋਲਡ ਰੱਖੀ ਰੱਖਾਂ ਤਾਂ ਘਰ ਦੀਆਂ ਗੱਲਾਂ ਸਾਰੀਆਂ ਸੁਣ ਜਾਣੀਆਂ ਤੁਹਾਨੂੰ, ਵੀ ਹੋ ਸਕਦਾ ਕਈ ਵਾਰੀ ਬੰਦਾ ਕਿਹੋ ਜਿਹਾ ਮੂਡ 'ਚ ਬੈਠਾ ਹੁੰਦਾ ਸਾਰੀਆਂ ਗੱਲਾਂ ਸੁਣ ਜਾਂਦੀਆਂ। ਹੈਲੋ 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 ਜੀ, ਜੀ ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ ਤੁਹਾਡੀ ਆਖਰੀ ਕਾਲ ਹੋਏਗੀ ਕਿਉਂਕਿ ਸਮਾਂ ਬਹੁਤ ਥੋੜ੍ਹਾ। ਜੀ ਕੀ ਕਹਿਣਾ ਚਾਹੁੰਦੇ? ਸਾਨੂੰ ਵਾਰਸਾਂ ਦੀ ਗੁਰੂ ਨਾਨਕ ਦੇਵ ਜੀ ਜਿਹੜੀਆਂ ਜਨਮ ਹੁੰਦੀਆਂ ਜੀ। ਹਾਂ ਉਹ ਅਜੇ ਡੀਸੀ ਤੁਹਾਡਾ ਮੁਲਾਕਾਤ ਨਹੀਂ ਹੋਈ। ਡੀਸੀ ਨੂੰ ਗਿਆ ਸੀਗਾ, ਕੌਣ ਰਾਤ ਵੇਖ ਕੇ ਉਹਨੂੰ ਡੀਸੀ ਡੀਸੀ ਅੱਛਾ ਉਹ ਮਿਲੇ ਹੋਣੇ, ਠੀਕ ਹੈ ਸਾਡੀ ਸਰ ਵਾਸ਼ਿੰਗਟਨ ਡੀਸੀ ਟੀਮ ਸਾਰੀ ਗਈ ਹੋਈ ਸੀ ਉੱਥੇ। ਹਾਂਜੀ ਚਲੋ ਚੰਗੀ ਗੱਲ, ਮੇਰੀ ਨਹੀਂ ਮੁਲਾਕਾਤ ਕਰਨਾ ਹੋ ਸਕੀ ਅਤੇ ਸੋਰੀ ਰੱਬ ਕਹੂਗਾ ਮੇਰੇ, ਤੁਹਾਨੂੰ ਵੇਖੀ ਦਾ ਮੇਰੇ ਮੇਰੇ ਖੁਸ਼ ਹੁੰਦਾ। ਨਹੀਂ ਮੈਂ ਡੀਸੀ ਨਹੀਂ ਸੀ ਆਇਆ, ਮੈਂ ਇੱਧਰ ਗਿਆ ਸੀਗਾ ਸਿਆਟਲ ਵਾਲੇ ਪਾਸੇ। ਬਿਲਕੁਲ ਜੀ ਬਿਲਕੁਲ ਬਿਲਕੁਲ ਰਾਜਕੁਮਾਰ ਜੀ ਬਹੁਤ ਬਹੁਤ ਮਿਹਰਬਾਨੀ, ਕੁਛ ਕਹਿਣਾ ਚਾਹੁੰਦੇ? ਸਮਾਂ ਥੋੜਾ ਜਿਹਾ ਹੈਗਾ। ਮੈਂ ਜੀ ਕਵਿਤਾ ਨਾਲ ਤੇ ਸਾਰੀ ਬੜੀ ਮਿਹਰਬਾਨੀ, ਤੁਹਾਨੂੰ ਤੁਹਾਡਾ ਬੜਾ ਪਿਆਰਾ ਲੱਗਦਾ, ਬਹੁਤ ਮਿਹਰਬਾਨੀ ਤੇ ਸਾਨੂੰ ਤੇ ਆਪਣੇ ਵੱਡੇ ਭਾਈ ਨੂੰ ਸੁਣੇ ਕਿ ਬਸ ਖੁਸ਼ ਹੋ ਜਾਏ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਤੁਹਾਡਾ ਖੁਸ਼ੀਆਂ ਦੇ ਜੀ, ਤੁਹਾਡਾ ਪਿਆਰ ਹੈ ਜੀ, ਤੁਹਾਡਾ ਆਸ਼ੀਰਵਾਦ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਪਿਆਰ ਹੈ, ਤੁਹਾਡਾ ਆਸ਼ੀਰਵਾਦ ਹੈ। ਅਤੇ ਅਖੀਰ ਦੇ ਵਿੱਚ ਇੱਕ ਜਾਣਕਾਰੀ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਸਾਡੇ ਦਰਸ਼ਕਾਂ ਨਾਲ, ਇੱਕ ਅਸੀਂ ਕੱਲ੍ਹ ਤੋਂ, ਕੱਲ੍ਹ ਯਾਨੀ ਕਿ ਮੰਗਲਵਾਰ ਹੈ, ਮੰਗਲਵਾਰ ਨੂੰ 4:30 ਵਜੇ ਇੱਕ ਕੈਲੀਫੋਰਨੀਆ ਦਾ ਯਾਨੀ ਕਿ ਵੈਸਟ ਕੋਸਟ ਦਾ ਪ੍ਰੋਗਰਾਮ ਵੱਖਰਾ ਇੱਕ ਸ਼ੁਰੂ ਕਰ ਰਹੇ ਹਾਂ, ਕੈਲੀਫੋਰਨੀਆ ਡਾਇਰੀ ਨਾਮ ਇਹਦਾ, ਕੈਲੀਫੋਰਨੀਆ ਡਾਇਰੀ ਹੈ, ਪਰ ਵੈਸਟ ਕੋਸਟ ਦੀਆਂ ਸਾਰੀਆਂ ਖਬਰਾਂ ਸਾਰਾਂ ਜੋ ਈਵੈਂਟਸ ਹੁੰਦੀਆਂ ਜਾਂ ਈਵੈਂਟ ਹੋਣ ਵਾਲੀਆਂ ਹੁੰਦੀਆਂ ਉਹ ਸਾਰੀਆਂ ਫਿਰ ਕੱਲ੍ਹ ਨੂੰ ਅਸੀਂ ਦਿਖਾਈ ਦੀਆਂ। ਕੱਲ੍ਹ ਤੋਂ ਸ਼ੁਰੂ ਕਰਨਾ ਪ੍ਰੋਗਰਾਮ ਕੈਲੀਫੋਰਨੀਆ ਡਾਇਰੀ, ਪਹਿਲਾਂ ਸਾਡਾ ਇਹ ਪ੍ਰੋਗਰਾਮ ਚੱਲਦਾ ਸੀ ਜਸ ਕੈਮਰੇ ਦੀ ਨਜ਼ਰ ਜੋ ਕਿ ਸੋਮਵਾਰ ਚੱਲਦਾ, ਪਰ ਕੈਲੀਫੋਰਨੀਆ ਵਾਲਾ ਥੋੜ੍ਹਾ ਜਿਹਾ ਫਿਰ ਅਲੱਗ ਇਸ ਕਰਕੇ ਕਰਤਾ ਕਿ ਕੈਲੀਫੋਰਨੀਆ ਦੀਆਂ ਕਾਫੀ ਜ਼ਿਆਦਾ ਸਟੋਰੀਆਂ ਹੁੰਦੀਆਂ, ਕਾਫੀ ਜ਼ਿਆਦਾ ਈਵੈਂਟਸ ਇੱਥੇ ਹੁੰਦੀਆਂ। ਸੋ ਇੱਥੇ ਤੁਹਾਡੀ ਕੋਈ ਈਵੈਂਟ ਹੁੰਦੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ, ਚਾਹੇ ਉਹ ਧਾਰਮਿਕ ਹੈ, ਸਮਾਜਿਕ ਹੈ, ਖੇਡਾਂ ਨੇ, ਚਾਹੇ ਸੱਭਿਆਚਾਰਕ ਹੈ, ਤਾਂ ਤੁਸੀਂ ਮੇਰਾ ਨੰਬਰ ਤੁਹਾਡੇ ਕੋਲ ਹੈਗਾ, ਉਹ 'ਤੇ ਕਾਲ ਕਰਕੇ ਮੈਨੂੰ ਦੱਸ ਸਕਦੇ ਹੋ, ਜਦੋਂ ਮੈਂ ਅਵੇਲੇਬਲ ਹੋਇਆ ਤਾਂ ਮੈਂ ਆਪ ਆ ਕੇ ਵੀ ਕਵਰ ਕਰ ਲੂੰਗਾ, ਅਤੇ ਜੇ ਨਹੀਂ ਅਵੇਲੇਬਲ ਹੋਇਆ ਤਾਂ ਤੁਸੀਂ ਆਪਣਾ ਕੋਈ ਵੀ ਕਹਾਣੀ ਕੋਈ ਗੱਲਬਾਤ ਹੈਗੀ ਹੈ ਅਤੇ ਉਹ ਫੋਨ ਨੂੰ ਟੇਢੇ ਰੋਕ ਰੱਖ ਕੇ ਇੱਦਾਂ ਰੱਖ ਕੇ ਅਤੇ ਤੁਸੀਂ ਕਵਰ ਕਰਕੇ ਬਣਾ ਕੇ ਉਹਦੀਆਂ ਸਟੋਰੀਆਂ 5-7-10 ਮਿੰਟ ਦੀ ਬਣਾ ਕੇ ਜੋ ਵੀ ਭੇਜੋਗੇ ਤਾਂ ਉਹ ਅਸੀਂ ਜ਼ਰੂਰ ਫਿਰ ਇਹ ਕੈਲੀਫੋਰਨੀਆ ਡਾਇਰੀ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਕਾਲਾਂ ਹੋਰ ਆ ਰਹੀਆਂ ਨੇ, ਕਾਲਾਂ ਹੋਰ ਹੁਣ ਨਹੀਂ ਲੈ ਹੋਣੀਆਂ, ਅਤੇ ਨਾਲ ਦੀ ਨਾਲ ਇੱਕ 15 ਸਤੰਬਰ ਨੂੰ ਜਿਹੜਾ ਯੂਨਾਈਟਡ ਸਪੋਰਟਸ ਕਲੱਬ ਵੱਲੋਂ ਬੇ ਏਰੀਏ ਯੂਨੀਅਨ ਸਿਟੀ ਦੇ ਵਿੱਚ ਟੂਰਨਾਮੈਂਟ ਹੋ ਰਿਹਾ 15ਵਾਂ, ਉਹ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈਗਾ। 15 ਸਤੰਬਰ ਨੂੰ ਯੂਨੀਅਨ ਸਿਟੀ ਜ਼ਰੂਰ ਮਿਲਾਂਗੇ, ਉੱਥੇ ਸਾਡੀ ਵੀ ਸਾਰੀ ਟੀਮ ਹੋਏਗੀ। ਮੁਲਕ ਸਿੰਘ ਗਾਖਲ ਸਾਹਿਬ ਇਹ ਪ੍ਰੋਗਰਾਮ ਜਿਹੜਾ ਕਰਵਾਉਂਦੇ ਨੇ, 15ਵਾਂ ਇਸ ਵਾਰ ਕਰਵਾ ਰਹੇ ਨੇ, ਸਾਰੀ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈ 209-475-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।